ਅਸਲਾਮ ਵਾਲੇਕੁਮ ਦੋਸਤੋ, ਮੈਂ ਤੁਹਾਡਾ ਭਰਾ ਮੀਆਂ ਮੁਹੰਮਦ ਫਸਲ ਬੱਟੂ, ਅਤੇ ਤੁਸੀਂ ਵੇਖਦੇ ਪਿਓ ਡਿਜੀਟਲ ਕਿਸਾਨ ਪਾਕਿਸਤਾਨ। ਕਿਸਾਨ ਵੀਰ ਭਰਾਓ, ਬੈਕ ਸਾਈਡ 'ਤੇ ਫਸਲ ਹੈ ਜਨਾਬ ਹਾਈਬ੍ਰਿਡ ਮੁੰਜੀ ਦੀ, ਅਤੇ ਕਿਸਾਨ ਭਾਈ ਵੀ ਸਾਡੇ ਨਾਲ ਮੌਜੂਦ ਨੇ, ਅਤੇ ਐਸੀ ਸ਼ਖਸੀਅਤ ਵੀ ਮੌਜੂਦ ਹੈ ਜਿਨ੍ਹਾਂ ਨੇ ਆਪਣੇ ਠੇਕੇਦਾਰਾਂ ਨੂੰ 1 ਲੱਖ ਠੇਕਾ ਕੰਮ ਕਰਨ ਦਾ ਐਲਾਨ ਕੀਤਾ ਹੈ, ਅਤੇ ਨਾਲ ਹੀ ਸ਼ਹਿਜ਼ਾਦ ਭਾਈ ਹੈਗੇ ਨੇ ਜਿਨ੍ਹਾਂ ਦੇ 2-3 ਕਿਸਮ ਦੀਆਂ ਵਰਾਇਟੀਆਂ ਲਾਈਆਂ ਹੋਈਆਂ ਨੇ, ਅਤੇ ਉਹਨਾਂ ਜਨਾਬ ਹੱਥ ਲਵਾਇਆ ਹੈ ਜਿਹੜੀ ਬਿਲਕੁਲ ਪੋਰਟ ਬਣ ਗਈ ਸੀ। ਇਹ ਚੈੱਕ ਕਰ ਲਓ, ਖਾਲੀ ਹੋ ਗਿਆ ਖੇਤ, ਅਤੇ ਮਜ਼ੀਦ ਜਿਹੜੀ ਮਲੂਮਾਤ ਉਹਨਾਂ ਕੋਲ ਲੈਣੀ ਹੈ ਜਨਾਬ, ਗੱਲ ਕਰੀਏ ਅਤੇ ਮਜ਼ੀਦ ਤਫਸੀਲ ਲਈਏ। ਅਸਲਾਮ ਵਾਲੇਕੁਮ ਜੀ ਸ਼ਹਿਜ਼ਾਦ ਭਾਈ, ਕੀ ਹਾਲ ਹੈ? ਸ਼ੁਕਰ ਹੈ। ਸ਼ਹਿਜ਼ਾਦ ਭਾਈ, ਆਪਣੇ ਟੋਟਲ ਕਿੰਨਾ ਏਕੜ ਰਕਬਾ ਹੈ ਦੂਸਰਾ ਮੁੰਜੀ ਦਾ? ਆਪਣਾ 117 ਏਕੜ। 117, ਕਿੰਨੇ ਕਿੱਲੇ ਆਪਣੀ ਮੁੰਜੀ ਲੱਗੀ ਹੋਈ ਹੈ? ਹਾਈਬ੍ਰਿਡ ਆਪਣੀ ਜੀ 48 ਕਿੱਲਾ। 48 ਕਿੱਲਾ, ਅਤੇ ਕਿੰਨੇ ਕਿੱਲੇ ਆਪਾਂ ਇਸ ਤਰੀਕੇ ਕਟਵਾ ਦਿੱਤੇ ਨੇ ਜਿਹੜੇ ਖਰਾਬ ਹੋਏ ਨੇ? ਇਸ ਤਰ੍ਹਾਂ ਜੀ ਆਪਣੇ 16 ਕਿੱਲੇ ਖਰਾਬ। 16 ਕਿੱਲੇ ਕਟਵਾ ਦਿੱਤੇ ਨੇ, ਅਤੇ ਕੀ ਮਸਲਾ ਬਣਿਆ? ਬਸ ਹੁਣ ਦਾਣਾ ਹੀ ਨਹੀਂ ਲੱਗਾ ਨਾ। ਦਾਣਾ ਨਹੀਂ ਲੱਗਾ, ਅਤੇ ਜਦੋਂ ਉਹ ਬੀਜ ਕਿਹੜਾ ਸੀ? ਬੀਜ ਹੈਗਾ ਸੀ ਜੀ ਤਹਿਫ਼ੁਜ਼ ਵਾਲਿਆਂ ਦਾ, 406 ਸੇਨ ਦਾ ਜੀ। ਉੱਧਰੋਂ ਹੈਗਾ ਸੀ ਇਹ ਕੀ ਉਹਦਾ ਨਾਮ, LP2 LP18 ਅਤੇ 16, 92 ਉਹ ਸਾਡਾ ਬੀਜ ਬਿਹਤਰ ਰਹਿ ਗਿਆ। ਜਿਵੇਂ ਜਿਵੇਂ ਅਸੀਂ ਪਿਛਾਂ ਵਕਫੇ ਨਾਲ ਲਿਆਂਦੇ ਗਏ ਬੀਜ, ਉਹ ਖਰਾਬ ਨਿਕਲਦਾ। ਤੇ ਤੁਹਾਡਾ ਜਿਹੜਾ ਜ਼ਾਤੀ ਤੁਹਾਡੀ ਰਾਏ ਕੀ ਹੈ? ਸਾਡੀ ਰਾਤੀ ਰਾਏ ਹੀ ਗਿਆ ਵੀ ਅਸੀਂ ਉੱਥੇ ਜਾਂਦੇ ਤਾਂ ਸਾਨੂੰ ਉਹ ਕਹਿੰਦੇ ਨੇ ਵੀ ਜਿਹੜਾ ਗਰਮੀ ਪੈ ਗਈ, ਅਸੀਂ ਉਹਨੂੰ ਵਿਖਾਉਣਾ ਚਾਹੁੰਦੇ ਵੀ 1 ਦਿਨ ਦੇ ਦਾਈ ਲੱਗੇ ਵੇ, ਇੱਧਰ ਗਰਮੀ ਹੈ ਅਤੇ ਦੂਸਰੀ ਸਾਈਡ 'ਤੇ ਗਰਮੀ ਨਹੀਂ ਹੈ, ਜਾਂ ਮੁੜ ਅੱਲਾ ਪਾਕ ਨੇ ਲਹਿਰਾਂ ਨਾਲ ਗਰਮੀ ਪਾਈ ਹੈ 1 ਕਿੱਲੇ 'ਚ ਹੈ ਦੂਸਰੇ 'ਚ ਨਹੀਂ ਹੈ। ਸਾਡਾ ਇਹੋ ਹੀ ਮੁਤਾਲਬਾ ਵੀ ਬੀਜ ਜਿਹੜਾ ਉਹ 2 ਨੰਬਰ। ਅੱਛਾ, ਬੀਜ 2 ਨੰਬਰ। ਬਈ ਮੈਨੂੰ ਦੱਸੋ ਵੀ ਜਦੋਂ ਆਪਾਂ ਇਹ ਮੁੰਜੀ ਲਗਾਈ ਹੈ, ਖਾਸ ਕਰਕੇ ਪਨੀਰੀ ਅਤੇ ਕੰਪਨੀ ਵਾਲੇ ਆਪਣੇ ਕੋਲ ਆਏ ਸਨ ਆਪਣਾ ਸੀਡ ਵੇਚਣ ਵਾਸਤੇ, ਉਹ ਕੀ ਆਖਦੇ ਸਨ ਇਹਦੇ ਬਾਰੇ, ਕੀ ਇਹਦੀਆਂ ਤਾਰੀਫਾਂ ਕਰਦੇ ਸਨ? ਅਸਾਂ ਬੀਜ ਲਿਆ ਨਾ ਉਸ ਟਾਈਮ ਆਉਂਦੇ ਆ ਸਾਡੀ 100+ ਦੀ ਐਵਰੇਜ ਹੈ, ਲੇਕਿਨ ਜਿਸਲੇ ਪਨੀਰੀ ਲਾਈ ਹੈ ਫਲ 'ਤੇ ਆਈ ਹੈ ਉਸਲੇ ਕਹਿੰਦੇ ਨੇ ਵੀ ਹੁਣ ਸਾਡੀ ਹੈ ਜਰਮੀਨੇਸ਼ਨ ਤਿਕਨ। ਤੁਹਾਡੇ ਨਾਲ ਗੱਲ ਹੋਈ ਸੀ ਵੀ ਜਰਮੀਨੇਸ਼ਨ ਪੂਰੀ ਨਾ ਦੇਵੇ, ਬੂਟਾ ਨਾ ਮਾਰੇ, ਉੱਤੇ ਸਾਡੀ ਨਹੀਂ ਆਉਂਦੀ, ਇਹ ਅੱਲਾ ਵੱਲੋਂ ਹੋਏ ਨੇ, ਜਾਂ ਗਰਮੀ ਪੈ ਗਈ ਨਹੀਂ ਮੰਨਦੇ ਨੇ। ਉਹਨਾਂ ਵਿਜ਼ਿਟ ਕੀਤਾ ਕੋਈ ਨਾ ਜੀ? 1 ਜਣਾ ਆਇਆ ਬਕਾਇਆ, ਤਾਂ ਵੇਖਣੇ ਨਹੀਂ ਆਉਂਦੇ, ਬਾਕੀ ਕੰਪਨੀ ਵਾਲੇ ਵੇਖਣੇ ਨਹੀਂ ਆਉਂਦੇ। ਇਹ ਕਿੱਥੋਂ ਦੀ ਕੰਪਨੀ ਹੈਗੇ ਨੇ ਜਾਂ ਡੀਲਰ ਹੈਗੇ ਨੇ ਜੀ? ਆਪਣੇ ਹਵੇਲੀ ਲੱਖਾ ਦੇ ਨੇ ਦੇ, ਇੱਕ ਇਹਦਾ ਦੀਵਾਨ ਆਸਫ, ਉਧਰੋਂ ਹੈਗਾ ਅਜੀ ਤਾਰਕ, ਇਹਨਾਂ ਦੋ ਤੋਂ ਮੇਰਾ ਬੀਜ ਆਉਂਦਾ। ਇਹਨਾਂ ਦੋ ਕੋਲ ਸਾਰੀਆਂ ਵਰਾਇਟੀਆਂ ਲਈਆਂ ਨੇ, ਦੋ ਕੋਲ ਸਾਰੀਆਂ। ਅਤੇ ਹੁਣ ਦੁਬਾਰਾ ਇੱਕ ਕੰਪਨੀ ਵਾਲਾ ਆਇਆ ਅਤੇ ਬਾਕੀ ਦੇ ਨਹੀਂ ਆਏ? ਦੂਸਰੇ ਨਹੀਂ ਆਏ। ਅਤੇ ਇਹ ਜਿਹੜੇ ਆਪਾਂ ਵਢਾਏ ਨੇ ਜੀ, ਇਹ ਟੋਟਲ ਕਿੰਨੇ ਕਿੱਲੇ ਆਪਾਂ ਵਢਾ ਲਏ ਨੇ? 16 ਕਿੱਲੇ ਆਪਾਂ ਵਢਾ ਲਏ ਨੇ, ਇਸ ਤੋਂ ਆਪਾਂ ਵੇਲੇ ਹਾਂ। ਅਤੇ ਆਪਣਾ ਖਰਚਾ ਫੀ ਕਿੱਲੇ 'ਤੇ ਕਿੰਨਾ ਆਇਆ? ਆਪਣਾ ਜੀ ਹਾਈਬ੍ਰਿਡ ਦਾ ਵੀ ਮਜ਼ਦੂਰੀ ਨਾ ਪਾਈਏ ਤਾਂ ਸਾਡਾ 95,000 ਰੁਪਇਆ ਕਿੱਲੇ 'ਤੇ, ਠੇਕੇ ਤੋਂ ਬਗੈਰ ਮਜ਼ਦੂਰੀ ਤੋਂ ਬਗੈਰ ਖਰਚਾ ਹੈ। ਅਤੇ ਚਲੋ ਜੀ, ਆਪਾਂ ਅੱਗੇ ਚੱਲ ਕੇ ਤੁਹਾਡੀ ਫਸਲ ਵੀ ਵੇਖਦੇ ਹਾਂ। ਉਸ ਤੋਂ ਪਹਿਲੇ ਸਾਡੇ ਨਾਲ ਮੌਜੂਦ ਨੇ ਜਨਾਬ ਐਸੀ ਸ਼ਖਸੀਅਤ ਮੁਹੰਮਦ ਅਲੀ ਬੱਟੂ ਸਾਹਿਬ, ਜਿਨ੍ਹਾਂ ਨੇ ਜਨਾਬ ਆਪਣੇ ਠੇਕੇਦਾਰਾਂ ਨੂੰ 1 ਲੱਖ ਰੁਪਈਆ ਫੀ ਕਿੱਲੇ ਦਾ ਠੇਕਾ ਛੱਡ ਦਿੱਤਾ ਅਤੇ ਉਹਦਾ ਐਲਾਨ ਕੀਤਾ ਹੈ, ਅਤੇ ਆਓ ਗੱਲ ਕਰਨੇ ਹਾਂ ਜੀ। ਅਸਲਾਮ ਵਾਲੇਕਮ ਜੀ। ਭਾਈ ਜਾਨ, ਤੁਹਾਡਾ ਐਲਾਨ ਵੇਖਿਆ ਜਨਾਬ, ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਖੜਾ ਸੀ, ਅਤੇ ਅਸਾਂ ਮੌਕੇ 'ਤੇ ਜਾਂਦੇ ਹਾਂ ਅਤੇ ਜਾਣਕਾਰੀ ਲੈਂਦੇ ਹਾਂ ਵੀ ਤੁਹਾਡੇ ਦਿਲ 'ਚ ਕਿਵੇਂ ਖਿਆਲ ਆਇਆ ਵੀ ਠੇਕੇਦਾਰਾਂ ਨੂੰ ਰਿਲੀਫ ਦੇਣਾ ਚਾਹੀਦਾ? ਸਾਡਾ ਮਕਸਦ ਆ ਗਿਆ, ਜਿਸ ਤਰ੍ਹਾਂ ਨੁਕਸਾਨ ਗਰੀਬ ਤਬਕੇ ਦਾ ਹੋਇਆ, ਵੀ ਇਹਨਾਂ ਨੂੰ ਕੋਈ ਖਸੂਸੀ ਰਹਿਤ ਹੋਣੀ ਚਾਹੀਦੀ ਹੈ, ਜ਼ਿਮੀਂਦਾਰਾਂ ਦੀ ਤਰਫੋਂ ਵੀ ਅਤੇ ਕੰਪਨੀ ਵਾਲੇ ਦੀ ਤਰਫੋਂ ਵੀ। ਕੰਪਨੀ ਵਾਲੇ ਤਾਂ ਕਹਿੰਦੇ ਪਏ ਨੂੰ ਵਿਜ਼ਿਟ ਹੀ ਨਹੀਂ ਕਰਦੇ ਪਏ, ਨਹੀਂ ਕਰਨਾ ਚਾਹੀਦਾ ਇਹਨਾਂ ਜੀ, ਉਹਨਾਂ ਦਾ ਬਣਦਾ ਮੈਰਿਟ ਬਣਦਾ ਹੈ, ਮੈਰਿਟ ਬਣਦਾ ਹੈ, ਕਿਉਂਕਿ ਉਹ ਜਦੋਂ ਬੀਜ ਉਹਨਾਂ ਲਗਵਾਇਆ ਉਹਨਾਂ ਕਿਹਾ ਵੀ ਗਰਮੀ ਬਰਦਾਸ਼ਤ ਕਰੇਗਾ, ਉਹਨਾਂ ਕਿਹਾ ਸੀ ਗਰਮੀ ਇਹ ਉਹ
ਛੋਲਟੀ ਦਿੱਤੀ ਸੀ ਵੀ ਗਰਮੀ ਇਹ ਬੀਜ ਬਰਦਾਸ਼ਤ ਕਰੇਗਾ ਅਤੇ ਗਰਮੀ ਬਰਦਾਸ਼ਤ ਕਰਦਾ ਹੈ, ਅਸੀਂ ਗਰਮੀ ਵਿੱਚ ਵੀ ਲਾਇਆ ਜੋ ਨੁਕਸਾਨ ਹੋਇਆ ਅਤੇ ਉਹ ਮੁੜ ਆਪਦੇ ਜ਼ਿੰਮੇ ਪਾਵਣ, ਸਾਡੇ ਜ਼ਿੰਮੇ ਤਾਂ ਨਾ ਪਾਵਣ, ਅਸੀਂ ਤਾਂ ਮਾੜੇ ਬੰਦੇ ਮਜ਼ਦੂਰ ਆਦਮੀ ਹੈ, ਮਿਹਰਬਾਨੀ ਕਰਨ ਸਾਡੇ 'ਤੇ। ਜੇ ਇਹਨਾਂ ਨੂੰ ਇਹ ਇਲਮ ਹੈਗਾ ਸੀ ਵੀ ਇਹ ਗਰਮੀ ਬਰਦਾਸ਼ਤ ਨਹੀਂ ਕਰਦਾ ਅਤੇ ਮੁੜ ਇਹਨਾਂ ਲਗਵਾਉਣਾ ਨਹੀਂ ਸੀ, ਇਹ ਮਿਹਰਬਾਨੀ ਕਰਨੀ ਹੈ ਇਹਨਾਂ ਅਤੇ ਸ਼ਹਿਜ਼ਾਦ ਵੀ ਠੇਕੇਦਾਰ ਦਾ ਨੁਕਸਾਨ ਕਰਾ ਦਿੱਤਾ ਨੇ। ਸਹੀ ਹੈ, ਇਸ ਵਾਸਤੇ ਫਿਰ ਤੁਸੀਂ 1 ਲੱਖ ਰੁਪਈਏ ਦਾ ਐਲਾਨ ਕੀਤਾ ਵੀ ਚਲੋ ਮੈਂ ਆਪਣੇ ਠੇਕੇਦਾਰਾਂ ਨੂੰ 1 ਲੱਖ ਦੀ ਰਿਆਇਤ ਕਰਾਂ ਅਤੇ ਬਾਕੀ ਵੀ ਜਿਹੜੇ ਜ਼ਮੀਂਦਾਰ ਪੁੱਛਦੇ ਸਰ ਦੇ ਗਏ ਨੇ ਉਹਨਾਂ ਨੂੰ ਵੀ ਮੇਰੀ ਰਿਕੁਐਸਟ ਹੈਗੀ ਕਿ ਮਿਹਰਬਾਨੀ ਕਰਨ ਅਤੇ ਓਵਰਆਲ ਇਹ ਆਪਣੇ ਇਲਾਕੇ ਠੇਕਾ ਚੱਲਦਾ ਕਿੰਨਾ ਪਈ ਹੈ? 3,40,000 ਰੁਪਈਆ ਠੀਕ ਹੋ ਗਿਆ। ਅਤੇ ਤੁਹਾਡੇ ਦਾਈਆਂ ਦਾ ਕੀ ਪੋਜੀਸ਼ਨ ਹੈ? ਮੇਰੇ 2 ਕਿੱਲੇ ਵਧੂ ਹੋ ਗਏ ਨੇ ਜੀ, 1.5 ਕਿੱਲਾ 50 ਮਣ ਜੜਾ ਹੈ। 1.5 ਕਿੱਲਾ 50 ਮਣ ਜੜਾ ਹੈ ਅਤੇ 2 ਕਿੱਲੇ ਬਿਲਕੁਲ ਹੀ ਬਰੂ ਹੋ ਗਏ, ਹੱਥ ਨਾਲ ਵਡਾਏ ਨੇ ਅਤੇ ਤੁਹਾਡਾ ਵੀ ਇਹ ਹਾਲਾਤ ਰਿਹਾ। ਬਾਕੀ ਤਾਂ ਕੰਪਨੀ ਵਾਲਾ ਆਖਿਆ ਵੀ ਗਰਮੀ ਦਾ ਬੀਜ ਹੈ ਅਤੇ ਜੇਕਰ ਸਰਦੀ ਦਾ ਫਿਰ ਉਹਨਾਂ ਮਤਲਬ ਸਰਦੀ 'ਚ ਲਗਵਾਉਣਾ, ਗਰਮੀ 'ਚ ਉਹਨਾਂ ਲਵਾਉਣ ਦੀ ਲੋੜ ਹੀ ਕੋਈ ਸੀ। ਅਤੇ ਸ਼ਹਿਜ਼ਾਦ ਵੀ ਆਓ ਨਾ ਆਪਾਂ ਵਿਜ਼ਿਟ ਕਰੀਏ, ਜਿਹੜੀ ਫਸਲ ਖੜੀ ਹੈ ਦੋਸਤੋ ਉਹ ਵਿਖਾਉਣੇ ਤੁਹਾਨੂੰ। ਅਤੇ ਇਹ ਕਿਹੜੀ ਲਾਈਨ ਖੜੀ ਹੈ ਜੀ? LP2 ਖੜਾ। ਅੱਛਾ, ਇਹ LP2 ਖੜਾ ਹੈ ਅਤੇ ਇਹਦੇ ਵਿੱਚ ਦੋਸਤੋ ਤੁਹਾਨੂੰ ਵਿਖਾਉਂਦੇ ਚਲੀਏ, ਇਹ ਮੁੰਜਰ ਤੋੜ ਕੇ ਵਿਖਾ ਦਈਏ। ਇੱਧਰ ਵੇਖੋ ਜੀ, ਇਹ ਹੁਣ ਚੈੱਕ ਕਰੋ, ਹੁਣ ਇਹ ਤਕਰੀਬਨ ਜਿਹੜਾ ਨਾ ਮੇਰਾ ਜ਼ਾਤੀ ਜਿਹੜੀ ਰਾਇ ਜੋ ਫਸਲਾਂ ਅਸੀਂ ਵੇਖਦੇ ਪਏ ਤਕਰੀਬਨ 60-70 ਮਣ ਨਿਕਲਿਆ ਸੀ ਤਾਂ ਇੰਝ ਹੈ ਨਾ। ਹੁਣ 60-70 ਮਣ ਇੱਕ ਜਗ੍ਹਾ ਤੋਂ ਨਿਕਲਦਾ ਪਿਆ ਅਤੇ ਇੱਕ ਜਗ੍ਹਾ 'ਤੇ 5 ਮਣ ਵੀ ਨਹੀਂ ਨਿਕਲਦੇ ਪਏ। ਹੁਣ ਤੁਸੀਂ ਇਹ ਕਹਿ ਸਕਦੇ ਹੋ ਵੀ ਅੱਛਾ ਇਹ ਤਾਂ ਇਹ ਜਿਹੜਾ ਮਸਲਾ ਇਹ ਤਾਂ ਕੀੜੀ ਦਾ ਹੈ ਨਾ, ਹਾਂ ਇਹ ਕੀੜੀ ਦਾ ਪੈ ਗਿਆ ਅਤੇ ਇਹ ਬਰੂਦ ਹੈ। ਇਹਦੇ ਤੋਂ ਸਾਫ਼ ਜ਼ਾਹਿਰ ਹੈ ਵੀ ਇਹ ਇੱਕ ਖੇਤ ਦੇ ਵਿੱਚ ਮੁੰਜਰ ਜਿਹੜੀ ਬਿਲਕੁਲ ਠੀਕ ਹੈ ਉਸੇ ਖੇਤ ਵਿੱਚ, ਇੱਥੋਂ ਸਾਬਤ ਹੁੰਦਾ ਵੀ ਇਹ ਜਿਹੜਾ ਨਾ ਬੀਜ ਮਿਕਸ ਕਰਕੇ ਬੀਜਿਆ ਗਿਆ, ਜਿਹੜਾ ਇਹ ਦਾਣੇ ਨੇ ਇਹ ਬੀਜ ਠੀਕ ਹੈ, ਇੱਕ ਨੰਬਰ ਹੈ। ਇਹਦੇ ਵਿੱਚ ਜਿਹੜੀ ਮਿਲਾਵਟ ਕੀਤੀ ਨੇ ਉਹ ਇਹ ਮਸਲਾ ਬਣਿਆ, ਮਤਲਬ 1 ਕਿੱਲੇ ਦੇ ਬੀਜ ਨੂੰ ਇਹਨਾਂ 3-4 ਕਿੱਲਿਆਂ ਵਿੱਚ ਨਾ 4 ਥੱਲੇ ਬਣਾਏ ਨੇ। ਤੂੰ ਪਿਛਲੇ ਸਾਲ ਖਰੀਦਾ ਇਹਨੇ ਜਿਹੜਾ ਪਿੱਛੋਂ ਕੰਪਨੀ ਗਲਾਇਆ ਉਹਦੇ ਵਿੱਚ ਮਿਕਸ ਕਰਤੇ ਪੈਕ ਕਰਤੇ ਗਲਾਉਂਦੇ ਰਹੇ, ਉਹ ਜ਼ਿਆਦਾ ਜਿਹੜਾ ਬੀਜ ਹੈਗੇ ਨਾ ਗਾਰਡ ਵਾਲਿਆਂ ਦੇ ਅੱਛੇ ਆਏ ਦੇ, ਲੇਕਿਨ ਉਹਦੇ 'ਚ ਮਿਕਸ ਕਰਨ ਦੇ ਬਾਵਜੂਦ ਇਹ ਮਸਲਾ ਆ ਰਹੀ। ਇਹ ਡਿਮਾਂਡ ਕਿਵੇਂ ਵੱਧ ਗਈ? ਪਿਛਲੇ ਸਾਲ ਲੋਕਾਂ ਥੋੜ੍ਹੇ ਲਾਏ ਨੇ, ਇਸ ਵਾਰੀ ਲੋਕਾਂ ਨੇ ਜ਼ਿਆਦਾ ਲਾਉਣੇ ਸ਼ੁਰੂ ਕੀਤੇ ਨੇ ਜਿਹਦੀ ਵਜ੍ਹਾ ਨਾਲ ਡਿਮਾਂਡ ਪਈ ਹੈ। ਪਿਛਲੀ ਵਾਰੀ ਰੇਟ ਵੀ ਸੀ ਅਤੇ ਬੀਜ ਵੀ 1 ਨੰਬਰ ਮਿਲਾ, ਐਵਰੇਜ ਆ ਗਈ ਅੱਛੀ, ਜਿਹਦੀ ਵਜ੍ਹਾ ਤੋਂ ਡਿਮਾਂਡ ਇੰਨੀ ਜ਼ਿਆਦਾ ਵੱਧ ਗਈ ਅਤੇ ਮਾਰਕੀਟ 'ਚ ਬੀਜ ਸ਼ਾਰਟ ਹੋ ਗਿਆ। ਬੀਜ ਸ਼ਾਰਟ ਇੰਨਾ ਸੀ ਕਿ ਅਸੀਂ 15-15 ਦੇ ਉੱਥੇ ਬੈਠੇ ਰਹੇ ਹਾਂ, ਰੋਜ਼ਾਨਾ ਚੱਕਰ ਲਾਉਂਦੇ ਵੀ ਬੀਜ ਆਇਆ ਕੋਈ ਨਹੀਂ, ਇਨਵਾਈਸ ਰੇਟ 'ਤੇ ਅਸੀਂ ਪੈਸੇ ਦਿੱਤੇ ਅਤੇ ਫਿਰ ਜਦੋਂ ਬੀਜ ਆਇਆ ਸਾਨੂੰ ਉਹੀਓ ਰੇਟ ਲੱਗਿਆ ਜਿਹੜਾ ਇਨਵਾਈਸ ਰੇਟ ਤੋਂ ਹਟ, ਤਾਂ ਜਿਹੜਾ ਵੀ ਹੋਣਾ ਇੱਥੇ ਛੱਲਾ ਬਲੈਕ 'ਚ ਬਲੈਕ 'ਚ ਫਿਰ ਮੇਰਾ ਖਿਆਲ ਹਰ ਦੁਕਾਨ 'ਤੇ ਲੱਭ ਪਿਆ, ਇੰਨਾ ਮਤਲਬ ਆਮ ਹੋ ਗਿਆ ਅਤੇ ਉਸ ਆਮ ਦਾ ਫਿਰ ਨਤੀਜਾ ਹੀ ਮਿਲਦਾ ਅਤੇ ਆਓ ਜੀ ਹੁਣ ਅੱਗੇ ਚੱਲਣੇ ਅਤੇ ਬਿਲਕੁਲ ਜੀ ਸ਼ਹਿਜ਼ਾਦ ਬਾਈ ਜਿਸ ਤਰੀਕੇ ਕਹਿੰਦੇ ਪਏ 1 ਥੈਲੇ ਨੂੰ ਇਹਨਾਂ 3-4 ਵਿੱਚ ਕਨਵਰਟ ਕੀਤਾ ਹੈ ਅਤੇ ਮਿਕਸਿੰਗ ਕੀਤੀ ਹੈ ਜਿਹਦੀ ਵਜ੍ਹਾ ਨਾਲ ਹੁਣ ਇੱਥੇ ਸਾਫ਼ ਸਾਫ਼ ਨਜ਼ਰ ਆਉਂਦੇ ਪਏ ਨੇ, ਆਹ ਮੁੰਜੀ ਵੇਖ ਲਓ ਕਿਸ ਤਰੀਕੇ ਭਰੇ ਖੜੇ ਨੇ, ਇਹ ਚੈੱਕ ਕਰ ਲਓ। ਇਸ ਮੁੰਜੀ ਦੇ ਵਿੱਚ ਜਨਾਬ ਸਿੱਧੀਆਂ ਮੁੰਜਰਾਂ ਖੜੀਆਂ ਹੈਗੀਆਂ ਨੇ ਜਿਹਦੇ ਨਾਲ ਇੱਕ ਚਾਵਲ ਵੀ ਨਹੀਂ ਹੈਗਾ ਅਤੇ ਬਹੁਤ ਅਫਸੋਸ ਹੁੰਦਾ ਪਿਆ ਦੋਸਤੋ। ਇੱਕ ਅਗਲੀ ਲਾਈਨ ਵੀ ਵੇਖ ਲੈਂਦੇ ਹਾਂ ਅਤੇ ਜ਼ਮੀਂਦਾਰਾਂ ਨਾਲ ਜਨਾਬ ਆ ਸਾਰੀ ਬਹੁਤ ਜ਼ਿਆਦੀਆਂ ਹੋਈਆਂ ਨੇ, ਇਹ ਵੇਖ ਲਓ, ਇਹ ਹਾਲਤ ਚੈੱਕ ਕਰੋ ਜੀ, ਇਹ 1 ਲਾਈਨ ਇਹ ਹੁਣ ਤਕਰੀਬਨ ਅੰਦਾਜ਼ਾ ਵੀ 70-80 ਮਣ ਨਿਕਲ ਗਿਆ ਸੀ, 4 ਮਹੀਨੇ ਹੋ ਗਏ, 3 ਮਹੀਨੇ ਦੀ ਵਰਾਇਟੀ ਹੈ, ਚੈੱਕ ਕਰੋ ਦਾਈ ਕਿੰਨੇ ਖਲੋਤੇ ਨੇ, ਸਿਰਫ 10-12 ਦਾਣੇ। ਹਾਂਜੀ ਹਾਂਜੀ, ਇਹ ਚੈੱਕ ਕਰੋ ਜੀ, ਇਹ ਵੀ ਹੁਣ ਇਹਨਾਂ 1 ਤਰ੍ਹਾਂ ਦਾ ਹੱਥ ਲਵਾਇਆ ਅਤੇ ਫਿਰ ਪਤਾ ਨਹੀਂ ਕਿਵੇਂ ਖਿਆਲ ਆਇਆ ਵੀ ਬੰਦ ਕਰ ਦਈਏ, ਚਲੋ ਕੋਈ 10-20 ਮਣ ਨਿਕਲ ਪਵਣ। ਹਾਂਜੀ ਹਾਂਜੀ, ਇਸੇ ਤਰੀਕੇ ਸ਼ਹਿਜ਼ਾਦ ਬਾਈ।
ਤੇ ਇਹ ਚੈੱਕ ਕਰੋ ਜੀ। ਹੁਣ ਤੁਸੀਂ ਇਹ ਗੱਲ ਕਰ ਸਕਦੇ ਹੋ ਵੀ ਉਧਰ ਮਿਕਸਿੰਗ ਵੀ ਹੈ ਲੇਕਿਨ ਫਿਰ ਵੀ ਫਲ ਹੈਗਾ, ਕੁਛ ਨਾ ਕੁਛ ਤੂੰ ਪੱਲੇ ਪੈ ਜਾ ਸੀ ਤੇ ਇਹ ਜੀ ਨਾਲ ਚੈੱਕ ਕਰੋ ਇਹ ਕਿਹੜੀ ਵਰਾਇਟੀ ਸੀ। ਇਹ ਤਾਂ ਫਜ਼ਾਲਾ ਨੇ 406 ਸੀ, 406 ਲਓ ਜੀ, 406 ਵੀ ਆਪਦਾ ਕੰਮ ਵਿਖਾ ਦਿੱਤਾ ਹੈ। ਲੇਕਿਨ ਜਿਨ੍ਹਾਂ ਲੋਕਾਂ ਦਾ ਇੱਕ ਨੰਬਰ ਬੀ ਸੀ ਉਹਨਾਂ ਦੇ ਵਿੱਚ 100+ ਵੀ ਨਿਕਲੀ ਹੈਗੀ ਹੈ ਇਹੀ ਵਰਾਇਟੀ, ਲੇਕਿਨ ਸਾਰੀ 2 ਨੰਬਰੀ ਹੋਈ ਆ। ਇਹ ਵੀ ਜਵਾਨ ਜਿਹੜਾ ਲਿਆਉਂਦਾ ਪਿਆ ਇੱਧਰ ਵੇਖੋ ਜੀ, ਇੱਕਾ ਦੁੱਕਾ ਅਤੇ ਹੁਣ ਇਹਦੇ ਵਿੱਚ ਵੀ ਵੇਖੋ ਨਾ ਕੁਝ ਨਾ ਕੁਝ ਇਹ ਮੁੰਜਰ ਇਹ ਵੇਖੋ ਤਕਰੀਬਨ ਇਹ ਚਾਵਲ ਹੈਗੇ ਨੇ ਅਤੇ ਜੁਕੀ ਵੀ ਖੜੀ ਹੈ। ਹਾਂਜੀ ਅੱਛਾ ਏ ਐਲ ਪੀ 18 ਦਾ ਬੂਟਾ ਹੈਗਾ, ਠੀਕ ਹੋ ਗਿਆ। ਲੇਕਿਨ ਉਹੀ ਗੱਲ ਕਰਦੇ ਪਏ ਸਿਰਫ ਨਾ 2 ਨੰਬਰੀ ਹੋਈ ਹੈ ਜ਼ਿਮੀਦਾਰਾਂ ਨਾਲ। ਹਾਂਜੀ ਅਸੀਂ ਤਾਂ ਇਤਮਾਦ ਕੀਤਾ ਨਾ ਕੰਪਨੀ 'ਤੇ, ਹਾਂਜੀ ਵੀ ਸਾਡੇ ਨਾਲ ਧੋਖਾ ਨਹੀਂ ਹੋਵੇਗਾ, ਲੇਕਿਨ ਧੋਖਾ ਹੋ ਗਿਆ, ਧੋਖਾ ਹੋ ਗਿਆ। ਸ਼ਹਿਜ਼ਾਦ ਵੀ ਪਿਛਲੇ ਸਾਲ ਆਪਣੇ ਹਾਈਬ੍ਰਿਡ ਲਾਈ ਸੀ ਆਪਾਂ ਜੀ, ਲਾਈ ਸੀ, ਕਿੰਨੇ ਕਿੱਲੇ ਲਾਈ ਸੀ? 25 ਏਕੜ। ਤੇ ਕੀ ਰੇਟ ਰਿਹਾ ਉਹਨਾਂ ਦਾ, ਮਤਲਬ ਕੀ ਝਾੜ ਰਿਹਾ ਸੀ? ਝਾੜ ਵੀ ਅੱਛਾ ਰਿਹਾ ਸੀ, 100+ ਆਇਆ ਸੀ ਤੇ ਰੇਟ ਵੀ ਬਿਹਤਰ ਸੀ, 3000 ਤੋਂ ਉੱਪਰ ਉੱਪਰ ਵਿਕਦੇ ਰਹੇ, 3 ਤੋਂ 4 ਦੇ ਦਰਮਿਆਨ ਸਾਰੇ ਵਿਕੇ ਨੇ, ਤੋ ਬੜਾ ਅੱਛਾ ਬੈਨੀਫਿਟ ਸਾਨੂੰ ਮਿਲਾ। ਤੇ ਮੋੜ ਅਸੀਂ ਜਿਹੜਾ ਠੇਕਾ ਜਿਸ ਲਈ ਸਾਨੂੰ ਬੱਚਤ ਆਈ ਹੈ, ਅਸੀਂ ਕਿਹਾ ਵੀ ਸਰਦਾਰਾਂ ਨਾਲ ਸਰਦਾਰਾਂ ਵੀ ਕਹਿਣਾ ਵੀ ਤੁਹਾਨੂੰ ਇੰਨੀ ਬੱਚਤ ਆਈ ਹੈ ਠੇਕਾ ਵਧਾਓ, ਅਸੀਂ ਵੀ ਰੂਟੀਨ ਵਾਈਜ਼ ਜੋ ਠੇਕਾ ਵੱਧਦਾ ਸੀ ਅਸੀਂ ਵਧਾਈ ਗਏ। ਜਦੋਂ ਠੇਕਾ ਵੱਧ ਗਿਆ ਸਾਨੂੰ ਕੀ ਪਤਾ ਸੀ ਅੱਗੋਂ ਕੰਪਨੀ ਵਾਲਿਆਂ ਸਾਡੇ ਨਾਲ ਇਵੇਂ ਕਰਨਾ ਜਾਂ ਖੁਦਾ ਦੀ ਤਰਫ ਹੋਇਆ, ਹੁਣ ਅਸੀਂ ਇਹ ਕੰਪਨੀ ਵਾਲਿਆਂ ਨੂੰ ਤੇ ਸਰਦਾਰਾਂ ਅੱਗੇ ਇਹ ਇਲਤਜਾ ਕਰ ਸਕਦੇ ਵੀ ਸਾਥੋਂ ਇੰਨੇ ਪੂਰੇ ਨਹੀਂ ਹੁੰਦੇ, ਕੋਈ ਕੰਪਨੀ ਵਾਲੇ ਰਹਿਤ ਕਰਨ, ਕੋਈ ਸਰਦਾਰ ਰਹਿਤ ਕਰਨ, ਅਸੀਂ ਇਹਨਾਂ ਦੀ ਖੇਤ ਆਬਾਦ ਕੀਤੀ ਬੈਠੇ। ਸਹੀ ਬਾਤ ਹੈ, ਤੇ ਕੰਪਨੀ ਵਾਲੇ ਹੁਣ ਫੀਲਡ ਵੀ ਨਹੀਂ ਵਿਜ਼ਿਟ ਕਰਦੇ ਤੇ ਉਹ ਉੱਥੇ ਮੌਜਾਂ ਮਾਣਦੇ ਪਏ ਨੇ ਆਪਣੇ ਆਪਣੇ ਦੁਕਾਨਾਂ ਤੇ ਬੈਠੇ ਨੇ ਤੇ ਜ਼ਮੀਨ ਅਸੀਂ ਘਰ ਬੈਠੇ ਰੋ ਰਹੇ ਹਾਂ ਜੀ, ਆਪਾਂ ਘਰ ਬੈਠੇ ਰੋ ਰਹੇ ਹਾਂ, ਸਹੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਅਤੇ ਇਹ ਸਾਰੀ ਜ਼ਿੰਮੇਵਾਰੀ ਹਕੂਮਤ ਪੰਜਾਬ 'ਤੇ ਵੀ ਹੈ, ਤਾਂ ਕਿ ਜਿਹੜੇ ਮਹਿਕਮਾ ਸਰਾਤ ਹੈ ਜਾਂ ਸੀਡ ਕਾਰਪੋਰੇਸ਼ਨ ਹੈ ਉਹਨਾਂ ਨੂੰ ਚਾਹੀਦਾ ਵੀ ਇਸ ਤਰ੍ਹਾਂ ਦੀ 2 ਨੰਬਰੀਆਂ ਨੂੰ ਰੋਕਣ, ਜੇ ਅਗਰ ਹਕੂਮਤ ਨਹੀਂ ਰੋਕੇਗੀ ਤਾਂ ਫਿਰ ਜ਼ਮੀਂਦਾਰਾਂ ਦਾ ਇਹ ਹਾਲ ਹੋਵੇਗਾ ਅਤੇ ਜ਼ਮੀਂਦਾਰਾਂ ਨੂੰ ਲੱਖਾਂ ਦਾ ਘਾਟਾ ਪਵੇਗਾ ਅਤੇ ਮੁਲਕੀ ਸੂਰਤ ਹਾਲ ਦੇ ਮੁਤਾਬਿਕ ਕਰੋੜਾਂ ਅਰਬਾਂ ਦਾ ਜਿਹੜਾ ਹੈ ਨਾ ਆਪਣੀ ਜਿਹੜੀ ਜ਼ਰਾਤ ਹੈ ਉਹ ਥੱਲੇ ਲੱਗ ਜਾ ਸੀ। ਅਤੇ ਮੇਰਾ ਖਿਆਲ ਵੀ ਕਿਸਾਨਾਂ ਨੂੰ ਬਲਕਿ ਪਾਕਿਸਤਾਨ ਦੀ ਹਕੂਮਤ ਨੂੰ ਬਾਹਰੋਂ ਚਾਵਲ ਵੀ ਖਰੀਦਣਾ ਪਵੇਗਾ। ਅਤੇ ਅੱਗੋਂ ਕਣਕ ਦਾ ਜਿਹੜਾ ਹਾਲ ਹੋਇਆ ਪਿਛਲੀ ਵਾਰੀ ਉਹ ਅੱਗੇ ਤੋਂ ਕਣਕ ਵੀ ਨਹੀਂ ਮੇਰਾ ਖਿਆਲ ਲਾਈ ਜਾਣੀ, ਕਣਕ ਕਾਲੀ ਪਈ ਹੈ ਬੰਦਿਆਂ ਕੋਲ ਜੀ, 1-2 ਸਾਲ ਉਹ ਹੀ ਨਹੀਂ ਮੁੱਕਣੀ, ਉਹ ਹੀ ਨਹੀਂ ਮੁੱਕਣੀ। ਹੁਣ ਸਾਨੂੰ ਸਰਦਾਰ ਇਹ ਕਹਿੰਦੇ ਨੇ ਅੱਲਾ ਦਾ ਨਾਂ ਨੇ ਸਾਡੇ ਵੱਲੇ ਕਣਕ ਨਾ ਗੱਡਿਆ ਨੇ, ਕਣਕ ਨਾ ਗੱਡਿਆ, ਹਾਂ ਵੀ ਤੁਸੀਂ ਮਕਈ ਲਾਓ ਤੇ ਆਲੂ ਲਾਓ ਕੋ ਸਾਨੂੰ ਰਹਿਤ ਦੇਵਣ ਤੇ ਅਸੀਂ ਫਸਲ ਗੱਡੀਏ, ਨਹੀਂ ਤੇ ਵਿਹਲੀ ਪਈ ਕਣਕ ਗੱਡੀਣੀ, ਹੋਰ ਸ਼ੈ ਨਹੀਂ ਗੱਡੀ ਸਕਦੀ। ਸਹੀ ਹੈ, ਮਤਲਬ ਵੀ ਆਲੂ ਉਹਦੇ 'ਚ ਉਮੀਦ ਹੈ ਵੀ ਆਲੂ ਤੇ ਮਕਈ 'ਚ ਪੈਸਾ ਪੂਰਾ ਕਰਦੇ ਸੀ, ਚਲੋ ਸਾਡੇ ਬੱਚਿਆਂ ਨੂੰ ਵੀ ਲਾਭ ਜਾ, ਉਹ ਅਗਰ ਥੋੜ੍ਹੀ ਜਿਹੀ ਰਿਆਇਤ ਕਰਨ ਹੈ ਜਿਹਦੇ ਵਿੱਚ ਆਪਾਂ ਆਲੂ ਦਾ ਬੀਜ ਤਾਂ ਮਹਿੰਗਾ ਹੋਇਆ ਪਿਆ, 7-8 ਹਜ਼ਾਰ ਦੀ ਬੋਰੀ ਹੋਈ ਪਈ ਹੈ, ਉਹ ਕਿਹੜਾ ਸੌਖਾ, 5-5 ਬੋਰੀਆਂ ਉਹਨੂੰ DAP ਦੀਆਂ ਲੱਗਣੀਆਂ ਨੇ, ਯੂਰੀਆ ਲੱਗਣਾ, ਉਹ 1.5 ਲੱਖ ਦਾ ਖਰਚਾ ਉਹ ਹੀ ਹੈ, ਜਿੱਦੋਂ ਕੋਈ ਬੀਜ ਨਹੀਂ ਹੈਗਾ ਉਹ ਤਾਂ ਆਲੂ ਵੀ ਨਹੀਂ ਲਾ ਸਕਦਾ, ਅਤੇ ਬਾਕੀ ਫਸਲਾਂ ਤਾਂ ਆਪਣੇ ਤੋਂ ਹੈ ਨਹੀਂ ਤੱਕੜੀਆਂ, ਅਤੇ ਜੇ ਅਗਰ ਕਣਕ ਲਾਉਣੇ ਆ ਤਾਂ ਫਿਰ ਅਸਲੂ ਵੇਲੇ ਆ, ਮਜ਼ੀਦ ਪੱਲੂ ਟਰੈਕਟਰ ਟਰੂਕਟਰ ਦੇ ਤੇ ਜਾਨ ਛੁੱਟ ਸੀ ਦੀ, ਅੱਗੇ ਦਿੱਤੀ ਬੈਠੇ ਅੱਗੇ ਵੇਚ ਲਿਆ ਇੱਕ ਵੇਚ ਲਿਆ ਇੱਕ, ਹੁਣ ਤਿਆਰੀਆਂ ਵਿੱਚ। ਅੱਲਾਹ ਤਾਲਾ ਜੀ ਸਾਡੇ ਕਿਸਾਨਾਂ 'ਤੇ ਰਹਿਮ ਕਰੇ, ਅਤੇ ਜੋ ਹਾਲਾਤ ਹੈਗੇ ਨੇ ਦੋਸਤੋ ਸਾਡੇ ਇਲਾਕੇ 'ਚ ਇਹ ਪੋਜੀਸ਼ਨ ਹੈ, ਅਤੇ ਤੁਸੀਂ ਆਪਣੇ ਇਲਾਕੇ ਦੇ ਬਾਰੇ ਲਾਜ਼ਮੀ ਸਾਨੂੰ ਅਗਾਹ ਕਰਿਆ ਜੀ। ਅਤੇ ਹੁਣ ਮੈਨੂੰ ਤੋਂ ਇਜਾਜ਼ਤ, ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ, ਅੱਲਾਹ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।